शेरे पंजाब महाराजा रणजीत सिंह जी ने अमृतसर की तरक्की लई की कुछ कीता सी। महाराजा रणजीत सिंह वल्लों अमृतसर दे हरिमंदर साहिब उत्ते लगवाए सोने बारे तां असीं सारे जानदे हां, पर इस तों इलावा शेरे पंजाब महाराजा रणजीत सिंह जी दी अमृतसर नूं की देण है। इस वीडियो विच महाराजा रणजीत सिंह जी दी दरिया दिली अते अमृतसर विच करवाए कारजां बारे पूरी डिटेल विच जानकारी देवांगे, जिस बारे तुसीं पहलां कदे नहीं सुनिया होवेगा। इस लई वीडियो नूं अखीर तक जरूर देखियो। हाँ जी दोस्तों, सत श्री अकाल, तुहाडा सारयां दा स्वागत है साडे YouTube चैनल मेड पंजाब विच। जे तुसीं साडे चैनल ते नवें हो तां साडे चैनल नूं सबसक्राइब जरूर कर लिओ ते बैल वाले बटन नूं भी जरूर प्रेस कर दिओ, तां जो तुहानूं साडियां अगलियां आउण वालियां वीडियोस सब तों पहलां मिल सकण। वीडियो नूं लाइक भी जरूर करिया करो ते वीडियो नूं शेयर जरूर कर दिया करो, जिस नाल होर सिख संगतां नूं अपने इतिहास बारे होर पता लग सके। अपना कीमती कमेंट करके जरूर दस्या करो कि तुहानूं ये वीडियो किदां दी लगी। तुहाडे कमेंट करन नाल सानूं होर वीडियो बनाउण दा हौसला मिलदा है। साडियां सारियां वीडियो शाम नूं 6 बजे अपलोड हुंदियां हन, सो साडियां वीडियोस नूं जरूर देखिया करो। सो चलदे हां वीडियो वल। सब तों पहलां ये समझदे हां कि महाराजा रणजीत सिंह जी ने अमृतसर नूं खालसा राज विच कीवें शामिल कीता। महाराजा रणजीत सिंह जी दे दिल विच गुरु नगरी अमृतसर नाल डूंघा प्यार ते बहुत ज्यादा श्रद्धा सी। सन 1802 ईस्वी विच उन्हां ने अमृतसर नूं सिख राज विच शामिल करन दा फैसला कीता। तां शहर दे चुगिरते ते मौजूद थोड़े जिहे पिंडां उत्ते भंगी मिसल दी सरदारनी माई सुखां दा राज सी। महाराज दी फौज दे के माई सुखां ने शहर दे दरवाजे बंद करवा दित्ते अते भंगियां वाली जमजमा तोप शहर दी कंध उत्ते चढ़ा के बीड़ दित्ती। पर महाराजा रणजीत सिंह अमृतसर दे नुकसान होण तों डरदे सी, इस लई ओह लड़ना नहीं चाहुंदे सी। उन्हां ने शहर नूं घेरा पा लिया, कई दिनां तक घेरा पाई रखिया, पर उन्हां ने वार कोई ना कीता। उस वेले दरबार साहिब दे राखे ते श्री अकाल तख्त साहिब दे जथेदार निहंग अकाली फूला सिंह जी सन। जदों उन्हां नूं इस लड़ाई दा पता लग्या ਤਾਂ ਉਹਨਾਂ ਨੂੰ ਬਹੁਤ ਦੁੱਖ ਹੋਇਆ ਕਿ ਇਸ ਤਰ੍ਹਾਂ ਤਾਂ ਪੰਥਕ ਸ਼ਕਤੀ ਆਪਸ ਵਿੱਚ ਹੀ ਲੜ ਕੇ ਨਸ਼ਟ ਹੋ ਜਾਵੇਗੀ। ਅੰਤ 16 ਸਫਾਈ ਨਾਲ ਸ਼ਹਿਰ ਉੱਤੇ ਮਹਾਰਾਜਾ ਰਣਜੀਤ ਸਿੰਘ ਦਾ ਕਬਜ਼ਾ ਹੋ ਗਿਆ, ਜਿਸ ਵਿੱਚ ਅਕਾਲੀ ਫੂਲਾ ਸਿੰਘ ਜੀ ਦੀ ਸਿਆਣਪ ਨੇ ਬਹੁਤ ਵੱਡਾ ਕੰਮ ਕੀਤਾ ਸੀ। ਸ਼ਹਿਰ ਵਿੱਚ ਦਾਖਲ ਹੁੰਦੇ ਹੀ ਮਹਾਰਾਜਾ ਰਣਜੀਤ ਸਿੰਘ ਜੀ ਦਰਬਾਰ ਸਾਹਿਬ ਮੱਥਾ ਟੇਕਣ ਗਏ, ਪ੍ਰਸ਼ਾਦ ਚੜ੍ਹਾਇਆ ਅਤੇ ਗੁਰੂ ਕੇ ਲੰਗਰ ਵਿੱਚ ਮਾਇਆ ਭੇਟ ਕੀਤੀ। ਭਾਵੇਂ ਸਰਕਾਰ ਏ ਖਾਲਸਾ ਦੀ ਰਾਜਧਾਨੀ ਉਸ ਸਮੇਂ ਲਾਹੌਰ ਸਥਾਪਿਤ ਹੋ ਚੁੱਕੀ ਸੀ, ਪਰ ਮਹਾਰਾਜ ਨੇ ਧਾਰਮਿਕ ਤੇ ਆਤਮਿਕ ਤੌਰ ਤੇ ਦੂਜੀ ਰਾਜਧਾਨੀ ਅੰਮ੍ਰਿਤਸਰ ਨੂੰ ਬਣਾਇਆ ਸੀ ਤੇ ਆਪਣਾ ਸਾਰਾ ਧਿਆਨ ਅੰਮ੍ਰਿਤਸਰ ਸ਼ਹਿਰ ਤੇ ਉਸ ਵਿੱਚ ਸਥਾਪਿਤ ਕੀਤੇ ਹੋਏ ਹਰਿਮੰਦਰ ਸਾਹਿਬ ਦੀ ਸੇਵਾ ਵੱਲ ਕੇਂਦਰਿਤ ਕਰ ਦਿੱਤਾ। ਮਹਾਰਾਜ ਨੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੀ ਸੁਰੱਖਿਆ ਲਈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੋਂ ਗੋਬਿੰਦਗੜ੍ਹ ਨਾਮ ਦਾ ਇੱਕ ਕਿਲ੍ਹਾ ਬਣਾਇਆ। ਫਿਰ ਉਸਦੇ ਚਪੇਰੇ 12 ਦਰਵਾਜ਼ੇ 240 ਬੁਰਜੀਆਂ ਬਣਾ ਕੇ ਅਜਿਹੀ ਫਸੀਲ ਤਿਆਰ ਕਰਵਾ ਦਿੱਤੀ ਜਿਸ ਦੀ ਹਰ ਬਾਹੀ 25 ਫੁੱਟ ਚੌੜੀ ਸੀ। ਇਸ ਦੇ ਨਾਲ ਨਾਲ ਕਈ ਸਾਰੇ ਬਾਗ ਲਗਵਾਏ, ਪਰ ਸਭ ਤੋਂ ਵੱਡੇ ਬਾਗ ਦਾ ਨਾਮ ਉਹਨਾਂ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਨਾਂ ਤੋਂ ਰਾਮ ਬਾਗ ਰੱਖਿਆ, ਜਿੱਥੇ ਕਿ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਤੋਂ ਪਹਿਲਾਂ ਤੇ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਰਿਹਾਇਸ਼ ਹੁੰਦੀ ਸੀ। ਸ਼ਹਿਰ ਦੀ ਰੌਣਕ ਵਧਾਉਣ ਲਈ ਕਈ ਨਵੇਂ ਕੱਟੜੇ ਬਾਜ਼ਾਰ ਤੇ ਬੁੰਗੇ ਬਣਵਾਏ ਗਏ। ਧਰਮ ਪ੍ਰਚਾਰ ਲਈ ਡੇਰਿਆਂ, ਧਰਮਸ਼ਾਲਾ ਤੇ ਅਖਾੜਿਆਂ ਨੂੰ ਉਤਸ਼ਾਹ ਦਿੱਤਾ ਗਿਆ। ਵਪਾਰ ਵਿੱਚ ਵੀ ਬਹੁਤ ਵਾਧਾ ਹੋਇਆ। ਇਸ ਤਰ੍ਹਾਂ ਦਿਨੋ ਦਿਨ ਨਗਰ ਦੀ ਰੌਣਕ ਵਧਣੀ ਸ਼ੁਰੂ ਹੋ ਗਈ। ਸ਼ੇਰੇ ਪੰਜਾਬ ਜਿਵੇਂ ਜਿਵੇਂ ਇਲਾਕੇ ਜਿੱਤਦੇ ਗਏ, ਤਿਵੇਂ ਤਿਵੇਂ ਉਹ ਪਵਨ ਨਗਰ ਨੂੰ ਸਜਾਉਣ, ਸਵਾਰਨ ਤੇ ਸ਼ਿੰਗਾਰ ਵੱਲ ਵਧੇਰੇ ਧਿਆਨ ਦੇਣ ਲੱਗ ਪਏ। ਮਹਾਰਾਜ ਨੇ ਅੰਮ੍ਰਿਤਸਰ ਦੀ ਸ਼ਾਨ ਵਧਾਉਣ ਲਈ ਵਿਸਾਖੀ ਦਾ ਪੁਰਬ ਮਨਾਉਣ ਲਈ ਸ਼ਾਹੀ ਦਰਬਾਰ ਕਰਨ ਦਾ ਪ੍ਰਬੰਧ ਕਰਵਾਇਆ। ਅੰਮ੍ਰਿਤਸਰ ਦੇ ਚੁਗਿਰਦੇ ਵਾਲੀ ਕੰਧ ਨੂੰ ਠੀਕ ਕਰਵਾਇਆ ਗਿਆ। ਰਾਮ ਬਾਗ ਵਾਲੀ ਥਾਂ ਤੇ ਖੁੱਲ੍ਹਾ ਪੰਡਾਲ ਬਣਾਇਆ। ਅੰਮ੍ਰਿਤਸਰ ਵਿੱਚ ਸ਼ੇਰੇ ਪੰਜਾਬ ਦਾ ਪਹਿਲਾ ਸ਼ਾਹੀ ਦਰਬਾਰ ਸੀ, ਜੋ ਵਿਸਾਖੀ ਤੋਂ ਇੱਕ ਦਿਨ ਪਹਿਲਾਂ ਹੋਇਆ। ਇਸ ਸਮੇਂ ਹੀ ਪਹਿਲੀ ਵਾਰ ਨਵੀਂ ਵਰਦੀ ਅਤੇ ਨਵੇਂ ਹਥਿਆਰਾਂ ਨਾਲ ਸਿੱਖ ਫੌਜ ਨੇ ਪਰੇਡ ਕੀਤੀ ਸੀ। ਜਵਾਨਾਂ ਦੀਆਂ ਖੇਡਾਂ ਦੇਖ ਕੇ ਫੌਜੀਆਂ ਦੀ ਪਰੇਡ ਤੋਂ ਖੁਸ਼ ਹੋ ਕੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਨਾਮ ਤੇ ਅਹੁਦੇ ਵੰਡੇ ਸੀ। ਇਸ ਤੋਂ ਬਿਨਾਂ ਵੱਡੇ ਸਰਦਾਰਾਂ ਤੇ ਛੋਟੇ ਰਾਜਿਆਂ ਨੂੰ ਜਗੀਰਾਂ ਦਿੱਤੀਆਂ ਗਈਆਂ। ਉਸ ਸਮੇਂ ਸ਼ਾਹੀ ਦਰਬਾਰ ਵਿੱਚ ਮਹਾਰਾਜ ਦੇ ਸਲਾਹਕਾਰ ਵਜ਼ੀਰ ਥਾਂ ਸਿਰ ਬੈਠੇ ਸਨ। ਸਿੱਖ ਰਾਜ ਦੇ ਸਰਦਾਰ, ਪਿੰਡ ਦੇ ਮੁਖੀ, ਮੰਦਰਾਂ ਦੇ ਪੰਡਿਤ, ਮਸੀਤਾਂ ਦੇ ਮੌਲਾ ਅਤੇ ਗੁਰਦੁਆਰੇ ਦੇ ਗ੍ਰੰਥੀ ਵੀ ਉੱਥੇ ਹਾਜ਼ਰ ਸਨ।
महाराजे ने हरिमंदर साहब नूं सुनहरी बनाउण लई भाई संत सिंह ग्यानी नूं सन 1806 ईस्वी विच 5 लाख रुपए दा सोना दिता, जिस नाल दर्शनी दरवाजे की जोड़ी हाथी दे दंदां नाल तैयार करवाई गई। दरबार साहब दे उतले जंगलियां नूं सुनहरी बनाया गया। ग्यानी जी की निगरानी हेठ सारा काम होया। लकड़ी दे काम लई चनौट जिला गुजरात जो अजकल पाकिस्तान विचा मन्ने परमन्ने कारीगर ते प्रसिद्ध मिस्त्री मंगवाए गए, जिन्हां ने सोने दे पत्रे ते बर्क जड़त दे काम नूं बड़ी हुनरमंदी नाल कीता सी। इस तों बिना हरिमंदर साहब दे अंदर दी नकाशी दा काम भी करवाया गया, पर महाराजे नूं मुगलाई तरीके दी नकाशी पसंद ना आई। उन्होंने चार सिख कलाकार मंगवाए जो रामगढ़िया मिसल विचों सी। बाकी दी जड़तकारी टोकड़ी ते निशानी दा काम उन्हां ने कीता, जिस ते महाराज साहब बड़े खुश होए सी। ज्ञानी संत सिंह जी पिछों उन्हां दे सपुत्तर भाई गुरमुख सिंह ने सेवा दा काम सांभ लिया। उन्हां दे समय महाराज ने 55 लाख रुपए दा खर्च कीता, जिस नाल हरिमंदर साहब दे उपरले हिस्से दे चारे पासे कलश तों बाहर कंधां उत्ते सोने दे पत्रे मड़े गए। उस तों पिछों सरदार लहणा सिंह मजीठिए ने 10,000 दे महाराजे ने 21,000 रुपए दा संगमरमर मंगवा के हरिमंदर साहब दी सजावट विच वाधा कीता। महाराजा रणजीत सिंह जी दीआं राणियां सपुत्तरां अते कई सरदारां ने भी सेवा विच हिस्सा पाया। हरिमंदर साहब दी सुनहरी सजावट सज धज के चमक दमक दे के विदेशी दर्शकां ते यात्रुआं ने इस दा नाम गोल्डन टैंपल रख दिता, जिस नूं स्वर्ण मंदिर भी कहिंदे हन। बाबा अटल साहब दी इमारत दी शानदार ते प्रभावशाली उसारी भी महाराजे ने ही करवाई सी। सन 1809 विच महाराजे ने हरिमंदर साहब दी छत उत्ते खड़ियां ईटां लगवाईयां। फिर शेरे पंजाब ते उसकी सस सदा कौर ने 6,41,100 रुपए हरिमंदर साहब की सजावट वास्ते खर्च किए। इस तों बिना महाराजे ने 17,50,000 की जागीर भी हरिमंदर साहब के नाम लगवाई। अंग्रेजी सरकार ते महाराजे विच होई एक अमृतसर की संधि ते दस्तखत किए गए, जिस दे अनुसार सतलुज तों दक्षण वल सारे इलाके महाराजे नूं प्रवान कीते। यह संधि 1845 तक कायम रही। सन 1821 विच अंग्रेजी मिशन अमृतसर आया। महाराजे ने उन्हां दा बड़ा स्वागत कीता। गवर्नर जनरल वल्लों महाराजे नूं कई सुगातां भेट कीतियां गईयां। 1834 तक हरिमंदर साहब दीआं कंधां उत्ते संगमरमर भी लग चुका सी। हरिमंदर साहब विच दाखल होण तों पहलां दरवाजे उत्ते सुनहरी पत्र उत्ते उकरी होई लिखत महाराजे दी सेवा दे नाल उन्हां दी निमरता नूं भी दर्शाउंदी है। महाराजे दी हरिमंदर साहब प्रति श्रद्धा इस गल्लों भी जाहिर हुंदी है कि जदों भी उन्हां नूं कीमती तोहफे मिले तां उन्हां ने कीमती सगातां हरिमंदर साहब विखे भेंट कर दित्तियां सन। 1826 विच हैदराबाद दक्खण दे नवाब ने बहुमुल्ली हीरियां पन्नियां नाल जगत मखमली चांदनी महाराज नूं तोहफे वजों भेंट कीती। जिस वेले चाननी ताणी गई तां महाराज दर्शन करके बड़े खुश होए। उन्हां ने उस वेले हुक्म दिता कि ये चाननी उतार लवो। ये चाननी पातशाहां दे पातशाह श्री गुरु रामदास जी दे दरबार विच ही शोभा देण वाली है। मैं इस हेठां बैठण दे लायक नहीं। उस वेले चाननी श्री हरिमंदर साहब अमृतसर विखे भेज दित्ती गई, जो दिवाली विसाखी ते गुरपुरब समय हरिमंदर साहब विच लाई जांदी सी ते बाद विच तोछे खाने विच रख दित्ती गई। इतिहास दसदा है कि शेरे पंजाब दे पोतरे कवर ननहाल सिंह दे ब्याह ते आप पहला हरिमंदर साहब आए। श्री दरबार साहब ते अकाल तख्त साहब विच मत्था टेकण तों बाद जंज अटारी नूं तुर पई। कंबर दे सिर ते बन्नण लई इक सुचे हीरियां मोतियां नाल जड़िया होया इक सुंदर सहरा तैयार करवाया गया सी। महाराजे नूं ओ सहरा इन्ना चंगा लगा सी कि उन्हां ने ओ सहरा हरिमंदर साहब विखे भेज दिता सी। इक वार महाराजे ने कीमती लालां पन्नियां नाल जड़ी कृपान दरबार साहब आके भेंट कीती सी। जद शेरे पंजाब दा झंडा चौमना तों लै के जमरौत तक झूल रहा सी, उस समय श्री अकाल तख्त साहब दे जथेदार अकाली फुला सिंह ने महाराजे नूं किसी दोष कारण तनखाहिया करार दिता सी। महाराजे ने जथेदार वल्लों मिली सजा प्रवान कीती अते सिखी दी पुरातन मर्यादा नूं कायम रखण विच अपनी पूर्ण श्रद्धा दिखाई। इस तों इलावा महाराजे ने संगलां वाला अखाड़ा ते धर्म बूटा अखाड़ा नूं हरिमंदर साहब दी सेवा संभाल अते धर्म प्रचार लई बहुत वधिया जगीरां दित्तियां सी। दसदे हन कि उस समय अमृतसर दी व्यापार दी मंडी मुगल राजधानी नालों भी अग्गे चली गई सी। पंजाब विच सब तों वड्डा ते धनाड़ शहर अमृतसर मन्निया जांदा सी। वड्डे वड्डे व्यापारियां ने इत्थे बसों कीती होई सी। हर बाजार विच वधिया तों वधिया समान मिलदा सी ते हर वेले रौनक लगी रहिंदी सी। इस तों कुछ साल बाद महाराजा रणजीत सिंह जी बीमार
ਬਿਮਾਰ ਪੈ ਗਏ। ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਅਰੋਗਤਾ ਲਈ ਅਰਦਾਸ ਹੋਈ। ਮਹਾਰਾਜਾ ਸਾਹਿਬ ਰਾਜੀ ਹੋਏ ਤੇ ਦਰਬਾਰ ਸਾਹਿਬ ਵਿੱਚ ਹਾਜ਼ਰ ਹੋ ਕੇ ਸਿਹਤ ਠੀਕ ਹੋਣ ਦੀ ਖੁਸ਼ੀ ਵਿੱਚ 1500 ਰੁਪਏ ਸ੍ਰੀ ਹਰਿਮੰਦਰ ਸਾਹਿਬ ਅਤੇ 1000 ਰੁਪਏ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਚ ਚੜਾਏ ਸਨ। ਸੰਨ 1838 ਵਿੱਚ ਭਾਰਤ ਦਾ ਗਵਰਨਰ ਜਨਰਲ ਲਾਰਡ ਔਕਲੈਂਡ ਦੀ ਮਹਾਰਾਜੇ ਨਾਲ ਅੰਮ੍ਰਿਤਸਰ ਮੁਲਾਕਾਤ ਹੋਈ। 8 ਦਿਨ ਗਵਰਨਰ ਜਨਰਲ ਨੂੰ ਰਾਮਬਾਗ ਵਿੱਚ ਕੋਠਾ ਦੁਸਹਿਰਾ ਵਿੱਚ ਠਹਿਰਾਇਆ ਗਿਆ। ਗਵਰਨਰ ਜਨਰਲ ਦੇ ਸਵਾਗਤ ਤੇ ਮਾਣ ਸਤਿਕਾਰ ਵਜੋਂ ਖੁਸ਼ੀ ਨਾਲ 3 ਵਾਰ 21-21 ਤੋਪਾਂ ਦੀ ਸਲਾਮੀ ਦਿੱਤੀ ਗਈ। ਸਾਰਾ ਸ਼ਹਿਰ ਸਜਾਇਆ ਗਿਆ, ਦੀਪਮਾਲਾ ਤੇ ਆਤਿਸ਼ਵਾਸ਼ੀ ਦਾ ਪ੍ਰਬੰਧ ਕੀਤਾ ਗਿਆ। ਗਵਰਨਰ ਜਨਰਲ ਤੇ ਉਸਦੀ ਭੈਣ ਮਿਸ ਇਮਲੀ ਇਡਨ ਨੂੰ ਹਾਥੀ ਤੇ ਬਿਠਾ ਕੇ ਜਲੂਸ ਕੱਢਿਆ ਗਿਆ। ਜਲੂਸ ਕੱਟੜਾ ਖਜ਼ਾਨੇ ਵਿੱਚੋਂ ਸ਼ਹਿਰ ਵਿੱਚ ਦਾਖਲ ਹੋਇਆ ਤੇ ਬਾਜ਼ਾਰਾਂ ਵਿੱਚ ਦੀ ਹੁੰਦਾ ਹੋਇਆ ਕਰਮੋ ਡਿਊੜੀ ਪੁੱਜਾ। ਕਰਮੋ ਡਿਊੜੀ ਨੀਵੀਂ ਸੀ, ਇਸ ਲਈ ਇੱਕ ਕੰਧ ਢਾ ਕੇ ਗਵਰਨਰ ਜਨਰਲ ਦਾ ਹਾਥੀ ਲੰਘਾਇਆ ਗਿਆ। ਕੁਝ ਦਰਖਤ ਵੀ ਕੱਟਣੇ ਪਏ। ਇਸ ਤਰ੍ਹਾਂ ਜਲੂਸ ਨੂੰ ਦਰਬਾਰ ਸਾਹਿਬ ਤੱਕ ਪਹੁੰਚਾਇਆ ਗਿਆ। ਮਾਰਚ 1839 ਵਿੱਚ ਮਹਾਰਾਜੇ ਨੇ ਆਪਣੀ ਸਿਹਤ ਵਾਸਤੇ ਸ੍ਰੀ ਹਰਿਮੰਦਰ ਸਾਹਿਬ ਆ ਕੇ ਮੱਥਾ ਟੇਕਿਆ, 750 ਰੁਪਏ ਦੀ ਭੇਟਾ ਚੜਾਈ ਤੇ ਅਰਦਾਸ ਕਰਵਾਈ। 4-5 ਦਿਨਾਂ ਵਿੱਚ ਮਹਾਰਾਜਾ ਸਾਹਿਬ ਜਦ ਠੀਕ ਹੋ ਗਏ ਤਾਂ 2 ਦਿਨ ਹਰਿਮੰਦਰ ਸਾਹਿਬ ਆ ਕੇ ਡੰਡੌਤ ਕਰਕੇ ਅਰਦਾਸ ਕਰਦੇ ਰਹੇ ਤੇ ਅੰਮ੍ਰਿਤਸਰ ਵਿੱਚ ਹੀ ਟਿਕੇ ਰਹੇ। 10-12 ਦਿਨਾਂ ਬਾਅਦ ਮਹਾਰਾਜਾ ਸਾਹਿਬ ਦਰਬਾਰ ਸਾਹਿਬ ਪਹੁੰਚੇ, ਮੱਥਾ ਟੇਕਿਆ ਤੇ ਕੜਾ ਪ੍ਰਸ਼ਾਦ ਕਰਵਾਇਆ ਤੇ 525 ਰੁਪਏ ਭੇਟ ਕੀਤੇ। ਇਹ ਮਹਾਰਾਜਾ ਸਾਹਿਬ ਦੀ ਅੰਮ੍ਰਿਤਸਰ ਦੀ ਅੰਤਿਮ ਯਾਤਰਾ ਸੀ। ਮਹਾਰਾਜਾ ਸਾਹਿਬ ਅੰਮ੍ਰਿਤਸਰ ਵਿੱਚ ਰਾਮਬਾਗ ਵਿੱਚ ਠਹਿਰਦੇ ਹੁੰਦੇ ਸੀ। ਅਖੀਰ ਸੰਨ 1839 ਈਸਵੀ ਨੂੰ 27 ਜੂਨ ਵਾਲੇ ਦਿਨ 59 ਸਾਲ ਦੀ ਸਫਲ ਜੀਵਨ ਯਾਤਰਾ ਕਰਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਦਾ ਲਈ ਪੰਜਾਬ ਨੂੰ ਛੱਡ ਗਏ। ਮਹਾਰਾਜਾ ਰਣਜੀਤ ਸਿੰਘ ਦੇ ਉੱਤਰਾਧਿਕਾਰੀ ਰਾਜਾ ਧਿਆਨ ਸਿੰਘ ਦੀਆਂ ਮੰਦ ਚਾਲਾਂ ਅਤੇ ਅੰਗਰੇਜ਼ਾਂ ਦੀਆਂ ਕੂਟਨੀਤੀ ਨੂੰ ਸਮਝ ਨਾ ਸਕੇ ਤੇ ਆਪਣੀ ਫੁੱਟ ਕਾਰਨ ਆਪਣਾ ਰਾਜ ਗਵਾ ਬੈਠੇ। ਅੰਤ ਸੰਨ 1849 ਵਿੱਚ ਪੰਜਾਬ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਕਰ ਲਿਆ ਗਿਆ। ਵੀਡੀਓ ਦੇ ਥੱਲੇ ਸਾਡਾ ਹੌਸਲਾ ਵਧਾਉਣ ਲਈ ਕਮੈਂਟ ਜ਼ਰੂਰ ਕਰਿਆ ਕਰੋ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਅਤੇ ਹਜੇ ਤੱਕ ਵੀਡੀਓ ਤੇ ਬਣੇ ਹੋਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਸਾਡਾ ਇਤਿਹਾਸ ਸਾਰੇ ਜਾਣ ਸਕਣ। ਸੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਧੰਨਵਾਦ।